a South Asian Canadian channel. ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਬੀਤੇ ਦਿਨੀ ਸੋਸ਼ਲ ਮੀਡੀਆ ਉੱਤੇ ਮਿਲੀ ਧਮਕੀ ਦਾ ਮੁੱਦਾ ਚੁੱਕਿਆ। ਬਾਜਵਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਸ਼ਰੇਆਮ ਸੋਸ਼ਲ ਮੀਡੀਆ ਉੱਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਲੱਗਿਆ ਕਿ ਧਮਕੀ ਦੇਣ ਵਾਲਾ ਵਿਅਕਤੀ ਪੰਜਾਬ ਤੋਂ ਹੀ ਹੈ। ਉਹਨਾਂ ਕਿਹਾ ਕਿ ਜੇਕਰ ਇੱਕ ਵਿਧਾਇਕ ਨੂੰ ਇੰਜ ਧਮਕੀ ਮਿਲ ਸਕਦੀ ਹੈ ਤਾਂ ਫਿਰ ਆਮ ਜਨਤਾ ਦਾ ਕੀ ਹੋਵੇਗਾ। ਬਾਜਵਾ ਨੇ ਸਪੀਕਰ ਨੂੰ ਅਪੀਲ ਕੀਤੀ ਹੈ ਕਿ ਇਸ ਮੁੱਦੇ ਨੂੰ ਸੰਜੀਦਗੀ ਨਾਲ ਵਿਚਾਰਿਆ ਜਾਵੇ ਕਿਉਂਕਿ ਇਹ ਬੇਹੱਦ ਗੰਭੀਰ ਮੁੱਦਾ ਹੈ। ਉਹਨਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬਾਜਵਾ ਨੇ ਪੰਜਾਬੀ ਯੂਨੀਵਰਸਿਟੀ ਦੇ ਮੁੱਦੇ ਨੂੰ ਵੀ ਸੰਸਦ ਦੇ ਵਿੱਚ ਚੁੱਕਿਆ। ਉਹਨਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਮਿਲੀ ਗ੍ਰਾਂਟ ਨੂੰ ਲੈ ਕੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਬੰਦ ਹੋਣ ਦੀ ਕਗਾਰ ਉੱਤੇ ਅੱਜ ਆ ਖੜੀ ਹੋਈ ਹੈ। ਕੱਲ੍ਹ ਫਾਈਨੈਂਸ ਮਿਨਿਸਟਰ ਸਾਹਿਬ ਨੇ ਪੰਜਾਬ ਦੀਆਂ ਜਿੰਨੀਆਂ ਵੀ ਯੂਨੀਵਰਸਿਟੀਜ਼ ਨੇ, ਬੇਸਿਕਲੀ 6 ਯੂਨੀਵਰਸਿਟੀਜ਼ ਨੇ, ਉਹਨਾਂ ਵਾਸਤੇ 990 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ। ਅਸੀਂ ਵੈਲਕਮ ਕਰਨਾ। ਬਟ ਕੱਲ੍ਹ ਹੀ ਵਾਈਸ ਚਾਂਸਲਰ ਜਿਹੜੇ ਨੇ ਪੰਜਾਬੀ ਯੂਨੀਵਰਸਿਟੀ ਦੇ, ਡਾਕਟਰ ਅਰਵਿੰਦ ਢਿੱਲੋਂ, ਉਹਨਾਂ ਦਾ ਇੱਕ ਵਿਊ ਆਇਆ ਇਮੀਡੀਏਟਲੀ ਸੋਸ਼ਲ ਮੀਡੀਆ 'ਤੇ। ਉਹਨਾਂ ਦੀ ਆਪਣੀ ਸਪੀਚ ਵੀ ਆਈ ਜਿਹੜੀ ਪੇਪਰਸ ਨੇ ਵੀ ਕੋਟ ਕੀਤੀ ਹੈ। ਉਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਕਿ ਜਿਹੜੀ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਹੈ, ਬੇਸਿਕਲੀ ਇੱਕ ਹੈਰੀਟੇਜ ਯੂਨੀਵਰਸਿਟੀ ਹੈ। ਇਹਦਾ ਬੇਸਿਕ ਮਕਸਦ ਜਦੋਂ ਬਣਾਇਆ ਗਿਆ ਸੀ ਪੰਜਾਬੀ ਲੈਂਗੁਏਜ ਨੂੰ ਅਤੇ ਕਲਚਰ ਨੂੰ ਇਹ ਸੇਫਗਾਰਡ ਕਰਨਾ ਸੀ ਅਤੇ ਪ੍ਰਮੋਟ ਕਰਨਾ ਸੀ। ਪਿਛਲੇ ਸਾਲ ਜਦੋਂ ਤੁਹਾਡੀ ਸਰਕਾਰ ਬਣੀ ਸਰ, ਚੰਦ ਹਫ਼ਤਿਆਂ ਬਾਅਦ ਚੀਫ ਮਿਨਿਸਟਰ ਪੰਜਾਬ ਭਗਵੰਤ ਸਿੰਘ ਮਾਨ ਜੀ ਉੱਥੇ ਗਏ। ਉਹਨਾਂ ਨੇ ਆਪਣੇ ਪਿਤਾ ਦਾ ਜ਼ਿਕਰ ਕੀਤਾ ਕਿ ਮੈਂ ਇੱਕ ਮਾਸਟਰ ਦਾ ਲੜਕਾ, ਮੈਂ ਵੀ ਤੁਹਾਡੀ ਇਸੇ ਯੂਨੀਵਰਸਿਟੀ ਨਾਲ ਮੇਰਾ ਤਾਲੁਕ ਹੈ। ਜਦੋਂ ਮੈਂ ਕਾਲਜ 'ਚ ਪੜ੍ਹਦਾ ਸੀ ਇਹੀ ਮੈਂ ਯੂਨੀਵਰਸਿਟੀ ਨਾਲ ਐਫੀਲੀਏਟਿਡ ਸੀ। ਇਸ ਯੂਨੀਵਰਸਿਟੀ ਦੇ ਵਿੱਚ ਸਪੀਕਰ ਸਾਹਿਬ ਤਕਰੀਬਨ 2.25 ਲੱਖ ਬੱਚਾ, 2,15,000 ਬੱਚਾ ਪੜ੍ਹਦਾ। ਤਕਰੀਬਨ 290 ਕਾਲਜਿਸ ਨੇ ਜਿਹੜੇ ਇਹਦੇ ਨਾਲ ਅਲਾਈਨਡ ਹੈ। ਪਿਛਲੇ ਸਾਲ ਇਹਨੂੰ ਕਿਉਂਕਿ ਬਹੁਤ ਵੱਡੇ ਇਹ ਇੱਕ ਵਿੱਤਕ ਸੰਕਟ ਵਿੱਚ ਸੀ, ਗਵਰਨਮੈਂਟ ਨੇ ਐਲਾਨਿਆ ਉੱਥੇ, ਐਂਡ ਸਰ ਭਗਵੰਤ ਮਾਨ ਜੀ ਨੇ ਵੀ ਇਹ ਗੱਲ ਕਹੀ ਸੀ, ਅੰਡਰ ਨੋ ਸਰਕਮਸਟਾਂਸਿਸ ਕਿਸੇ ਵੀ ਐਜੂਕੇਸ਼ਨ ਅਦਾਰੇ ਨੂੰ ਅਸੀਂ ਬਿਕੋਜ਼ ਆਫ ਲੈਕ ਆਫ ਮਨੀ ਅਸੀਂ ਇਹਨੂੰ ਬੰਦ ਨਹੀਂ ਹੋਣ ਦੇਵਾਂਗੇ। ਸੋ 200 ਕਰੋੜ ਰੁਪਇਆ ਪੰਜਾਬੀ ਯੂਨੀਵਰਸਿਟੀ ਵਾਸਤੇ ਐਲਾਨਿਆ ਗਿਆ, ਜਿਹਦੇ ਵਿੱਚ 150 ਕਰੋੜ 'ਤੇ ਸੈਲਰੀਜ਼ ਵਾਸਤੇ ਸੀ, 50 ਕਰੋੜ ਰੁਪਇਆ ਉਹਦੇ 'ਚ ਸੈਲਰੀ ਦੀ ਗ੍ਰਾਂਟ ਸੀ ਜੀ। ਐਤਕੀ ਉਹਨਾਂ ਦਾ ਜਿਹੜਾ ਬਿਆਨ ਅਸਲ 'ਚ ਆਇਆ, ਜਿਹੜਾ ਬੜਾ ਸਾਰੇ ਪੰਜਾਬ ਨੂੰ ਹੀ ਜਿਹਨੇ ਫਿਕਰ 'ਚ ਪਾਇਆ, ਉਹਨਾਂ ਕਿਹਾ ਜੀ ਕਿ ਤੁਸੀਂ ਗ੍ਰਾਂਟ 100-200 ਦੀ ਬਜਾਏ ਇਹ ਗ੍ਰਾਂਟ ਕਰਤੀ 164 ਕਰੋੜ। ਜਿਹੜੀ 7ਵੀਂ ਪੇ ਕਮਿਸ਼ਨ ਹੈ ਜਿਹਦੇ ਵਿੱਚ ਟੀਚਰਸ ਦੀਆਂ ਤਨਖਾਹਾਂ ਵਧੀਆਂ ਨੇ, ਅਤੇ 6ਵੀਂ ਪੇ ਕਮਿਸ਼ਨ 'ਚ ਨੌਨ ਟੀਚਿੰਗ ਸਟਾਫ ਦੀਆਂ ਤਨਖਾਹਾਂ ਵਧਣ ਨਾਲ ਪਿਛਲੇ ਇੱਕ ਸਾਲ 'ਚ 120 ਕਰੋੜ ਰੁਪਈਆ ਉਹਦੇ 'ਚ ਐਡ ਹੋ ਗਿਆ। ਉਹ ਕਹਿੰਦੇ ਕਿ ਯੂਨੀਵਰਸਿਟੀ ਅੰਡਰ ਨੋ ਸਰਕਮਸਟਾਂਸਿਸ ਸਾਡੇ ਬੈਸਟ ਐਫਰਟ ਦੇ ਬਾਵਜੂਦ ਵੀ ਇਹ ਚੱਲ ਨਹੀਂ ਸਕਦੀ, ਕਿਉਂਕਿ ਇਹ ਬੇਸਿਕਲੀ ਇਹਦੇ ਵਿੱਚ ਸਟੂਡੈਂਟ ਸਰ ਤੁਹਾਡੇ ਏਰੀਏ ਤੋਂ, ਮਾਲਵੇ ਤੋਂ ਆਉਂਦੇ ਨੇ, ਗਰੀਬ ਘਰਾਂ 'ਚੋਂ ਆਉਂਦੇ ਨੇ, ਦਲਿਤ ਘਰਾਂ 'ਚੋਂ ਆਉਂਦੇ ਨੇ, ਔਰਤਾਂ ਪੜ੍ਹਦੀਆਂ ਨੇ। ਤਾਂ ਮੇਰੀ ਗੁਜ਼ਾਰਿਸ਼ ਇਹ ਹੈ ਕਿ ਉਹਨਾਂ ਨੇ ਮੰਗ ਕੀਤੀ ਹੈ ਕਿ ਜੇ ਯੂਨੀਵਰਸਿਟੀ ਚਲਾਉਣੀ ਤਾਂ 164 ਤੋਂ 360 ਕਰੋੜ ਰੁਪਏ ਇਹਦੇ ਵਿੱਚ ਵਾਧਾ ਕੀਤਾ ਜਾਏ। ਮੈਂ ਪੂਰਨ ਆਸ ਕਰਾਂਗਾ, ਚੀਮਾ ਸਾਹਿਬ ਵੀ ਇੱਥੇ ਬੈਠ ਗਏ ਨੇ, ਕਿ ਇਹਨੂੰ ਗੰਭੀਰਤਾ ਨਾਲ ਵਿਚਾਰੇ। ਇੱਕ ਮੇਰਾ ਸਰ ਫਾਈਨਲ ਸੁਜੈਸ਼ਨ ਹੈ, ਐਂਡ ਬਿਲਕੁਲ ਸਿੰਸੀਅਰ ਸੁਜੈਸ਼ਨ, ਕੋਈ ਇਸ ਕਿਸਮ ਦਾ ਨਹੀਂ, ਕੋਈ ਨੋਨ ਸੀਰੀਅਸ ਗੱਲ ਨਹੀਂ, ਕਿ 750 ਕਰੋੜ ਰੁਪਈਆ ਤਕਰੀਬਨ ਤੁਸੀਂ ਇਹਦੇ ਵਿੱਚ ਐਡਸ ਵਾਸਤੇ ਰੱਖਿਆ। ਗਵਰਨਮੈਂਟ ਦੇ ਜਿਹੜੇ ਕੰਮ ਨੇ ਉਹ ਸਹੀ ਨੇ ਜਾਂ ਗਲਤ ਨੇ ਜਾਂ ਹੁੰਦੇ ਨੇ ਕਿ ਨਹੀਂ ਹੁੰਦੇ ਉਹ ਛੱਡ ਲਈਏ, 750 ਕਰੋੜ ਰੁਪਈਆ ਐਡਸ ਦੇ ਵਿੱਚ ਹੈ। ਮੇਰੀ ਗੁਜ਼ਾਰਿਸ਼ ਹੈ ਚੀਮਾ ਸਾਹਿਬ, ਜੇ ਸਹੀ ਮਿਹਨਤ 'ਚ ਅਸੀਂ ਐਜੂਕੇਸ਼ਨ ਦੀ ਬਿਹਤਰੀ ਚਾਹੁੰਦੇ, ਤੇ 750 ਕਰੋੜ ਰੁਪਈਆ ਉਹ ਜਿਹੜਾ ਖੂਹ ਦੇ ਵਿੱਚ ਆਪਾਂ ਸੁੱਟਨੇ ਆ ਉਹਨੂੰ ਜੇ ਇਹਦੇ ਵਿੱਚ ਐਡ ਕਰ ਦਿੱਤਾ ਜਾਏ ਤੇ 1750 ਕਰੋੜ ਨਾਲ ਸਾਰੀਆਂ ਯੂਨੀਵਰਸਿਟੀ 6 ਦੀਆਂ 6 ਜਿਹਦੇ ਵਿੱਚ ਐਗਰੀਕਲਚਰ, ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਗੜਵਾਸੂ ਯੂਨੀਵਰਸਿਟੀ, ਸ਼੍ਰੀ ਗੁਰੂ ਨਾਨਕ ਤੇਗ ਬਹਾਦਰ ਯੂਨੀਵਰਸਿਟੀ ਆਫ ਲਾਅ ਤਰਨ ਤਾਰਨ, GNDU, ਇਹ ਸਾਰੀਆਂ ਬਿਹਤਰੀਨ ਚੱਲ ਸਕਦੀਆਂ ਕਿਉਂਕਿ ਚੰਦ ਪੈਸੇ ਸੈਂਟਰ ਵਿੱਚੋਂ ਵੀ ਆ। A South Asian Canadian channel.